ਬੱਚਿਓ ਮੈਥ ਨਾਲ ਸੰਬੰਧਤ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਰਾਂਗੇ ਚਤਰਪੰਜਾ ਨੂੰ ਸਮਝਣਾ ਉਹਦੇ ਨਾਲ ਰਿਲੇਟਡ ਕੁਐਸਚਨ ਦੇਖਾਂਗੇ ਵੀ ਚਤਰਪੰਜਾ ਨੂੰ ਸਮਝਣਾ ਜਿਹੜਾ ਚੈਪਟਰ ਆਪਣਾ 8ਵੀਂ ਜਮਾਤ 'ਚ ਹੈ ਉਸ ਚੈਪਟਰ ਦੇ ਵਿੱਚੋਂ ਕਿਹੋ ਜਿਹੇ ਕੁਐਸਚਨ ਆ ਸਕਦੇ ਆ 251 ਤੋਂ ਸ਼ੁਰੂ ਕਰਦੇ ਆਂ ਬੇਟਾ ਆਪਾਂ A B C D ਇੱਕ ਚਤਰਪੁਜ ਹੈ ਇੱਕ ਹੋਰ ਚਤਰਪੁਜ P Q R S ਜੋ ਕਿ ਚਤਰਪੁਜ A B C D ਦੇ ਸਰਬੰਗ ਸਮ ਹੈ ਦੇਖੋ ਬੇਟਾ ਇੱਥੇ ਕੋ ਵਰਡ ਲਿਖਿਆ ਸਰਬੰਗ ਸਮ ਸਰਵੰਗਸਮ ਦਾ ਮਤਲਬ ਜਿਵੇਂ ਚਤਰਪੁਜ PQRS ਹੈ ਓਵੇਂ ਚਤਰਪੁਜ ABCDE ਹੈ ਠੀਕ ਹੈ ਬਿਲਕੁਲ ਇਕੋਜੇਨ ਜਮਾ ਇਕੋਜੇ ਸਰਵੰਗਸਮ ਦਾ ਮਤਲਬ ਸਾਰੇ ਅੰਗ ਸਮਾਨ ਠੀਕ ਹੈ ਸਾਰੇ ਅੰਗ ਸਾਰੀਆਂ ਭਜਾਵਾਂ ਜਿਵੇਂ ਇਹ ABCD ਬਣੀ ਹੋਈ ਹੈ ਓਵੇਂ ਹੀ PQRS PQRS ਬਣੀ ਹੋਈ ਹੈ ਠੀਕ ਹੈ ਬੇਟਾ ਤਾਂ ਆਪਾਂ ਦੱਸਣਾ ਵੀ ਖੇਡ ਲਿਖਿਆ ਦੇ ਵਿੱਚੋਂ ਕਿਹੜਾ ਕਥਨ ਸਹੀ ਹੈ ਦੇਖੋ ਬੇਟਾ ਕਹਿੰਦੇ PQ AB ਦੇਖੋ ABCD ਹੈ ਨਾ ਚਤਰਪੁਜ ਆਪਣੀ PQR ਹੈ PQRS ਹੈ ਤਾਂ AB CD ਹੋਊਗੀ ਨਾ ਪੱਕਾ ਹੀ ਹੈ ਨਾ ਕਿਉਂਕਿ ਇਹ ਜਮਾਂ ਸਰਵੰਗਸਮ ਹੈ ਸਾਰੇ ਅੰਗ ਸਮਾਨ ਹਨ ਤਾਂ ਪਹਿਲੀ ਆਪਸ਼ਨ ਸਹੀ ਹੈ ਆਪਾਂ ਬਾਕੀ ਦੇਖਦੇ ਹਾਂ ਵੀ ਬਾਕੀ ਸਹੀ ਨਹੀਂ ਕੋਣ ਚੌ ਸਮ ਕੋਣ ਹੈ ਦੇਖੋ ABCD ਦੇ ਵਿੱਚ ਕੋਈ ਵੀ ਕੋਣ ਸਮ ਕੋਣ ਨਹੀਂ ਹੈ ਤਾਂ PQR PQRS ਦੇ ਵਿੱਚ ਵੀ ਕੋਈ ਵੀ ਕੋਣ ਸਮ ਕੋਣ ਨਹੀਂ ਹੋਊਗਾ ਇਹ ਵੀ ਗਲਤ ਹੋਗੀ ਦੂਜੀ অপਸ਼ਨ ਗਲਤ ਹੈ ਠੀਕ ਹੈ ਬੇਟਾ ਚਾਤਰਪੁਜ ਪੀਕਯੂਰਐਸ ਦੀਆਂ ਸਾਰੀਆਂ ਭੁਜਾਵਾਂ ਦੀ ਲੰਬਾਈ ਸਮਾਨ ਹੈ ਇਹ ਵੀ ਗਲਤ ਹੈ ਕਿਉਂਕਿ ਏਬੀਸੀਡੀ ਦੇ ਵਿੱਚ ਕੋਈ ਵੀ ਭੁਜਾ ਦੂਜੀ ਭੁਜਾ ਤੇ ਸਮਾਨ ਨਹੀਂ ਹੈ ਚਾਤਰਪੁਜ ਪੀਕਯੂਰਐਸ ਦਾ ਖੇਤਰਫਲ ਚਾਤਰਪੁਜ ਏਬੀਸੀਡੀ ਦੇ ਖੇਤਰਫਲੋਂ ਘੱਟ ਹੈ ਇਹ ਵੀ ਗਲਤ ਹੈ ਕਿਉਂਕਿ ਉਹ ਸਰਮੰਗ ਸਮਾਨ ਨੇ ਜੇ ਸਰਮੰਗ ਸਮਾਨ ਨੇ ਤਾਂ ਖੇਤਰਫਲ ਬਰਾਬਰ ਹੋਊਗਾ ਇੱਕੋ ਜਿਹਿਆਂ ਨੇ ਇਸ ਲਈ ਕਿਹੜੀ অপਸ਼ਨ ਸਹੀ ਹੈ ਪੀਕਯੂ ਬਰਾਬਰ ਏਬੀ ਹੈ ਪਹਿਲੀ অপਸ਼ਨ ਸਹੀ ਹੈ ਅਗਲਾ ਦਿੱਤੇ ਹੋਏ ਚਿੱਤਰ ਵਿੱਚ A O B ਚੱਕਰ ਦਾ ਵਿਆਸ ਹੈ ਕੋਣ ABC 60 ਡਿਗਰੀ ਹੈ ਤਾਂ ਕੋਣ CAB ਦਾ ਮਾਪ ਪਤਾ ਕਰੋ ABC ਆਹਾ ਕੋਣ ਜਿਹੜਾ ਹੈ ਇਹ ਆਪਾਂ ਨੂੰ 60 ਦਿੱਤਾ ਹੋਇਆ ਹੈ ਠੀਕ ਹੈ ਬੇਟਾ 60 ਡਿਗਰੀ A ਆਪਾਂ ਪਤਾ ਕਰਨਾ ਹੈ ਠੀਕ ਹੈ ਇਹ ਆਪਾਂ ਕੀ ਕਰਨਾ ਪਤਾ ਕਰਨਾ ਜਿਹੜਾ ACB ਕੋਣ ਆ ਨਾ ਇਹ ਵਾਲਾ ACB ਇਹ 90 ਡਿਗਰੀ ਹੁੰਦਾ ਹੈ ਇਹ ਤੁਸੀਂ ਯਾਦ ਰੱਖਣਾ ਇਹਦੀ ਥਿਊਰਮ ਹੈ ਕਿ ਇਹ ਵੀ ਅਰਧ ਚੱਕਰ ਵਿੱਚ ਬਣਿਆ ਕੋਣ ਸਮਕੋਣ ਹੁੰਦਾ ਦੇਖੋ ਬੇਟਾ AC ਵੀ ਫਿਰ ਕਿੰਨਾ ਹੋ ਗਿਆ 90 ਡਿਗਰੀ ਦੇਖੋ ਦੋ ਕੋਣ ਹੋ ਗਏ ਤ੍ਰਿਪੋਈ ਦੇ ਆਪਾਂ ਦੁੱਤੇ ਹੋਏ ਇੱਕ 90 ਡਿਗਰੀ ਇੱਕ 60 ਡਿਗਰੀ ਤਾਂ ਤੀਜਾ ਕਿੰਨਾ ਹੋਏਗਾ 30 ਡਿਗਰੀ ਹੋਏਗਾ ਨਾ ਕਿਉਂਕਿ ਦੋਨੇ ਕੋਣਾਂ ਦਾ ਜੋੜ 150 ਹੋ ਗਿਆ ਟੋਟਲ ਜੋੜ ਤ੍ਰਿਪੋਈ ਦੇ ਤਿੰਨੇ ਕੋਣਾਂ ਦਾ ਜੋੜ 180 ਚਾਹੀਦਾ ਤਾਂ 150 ਦੇ ਵਿੱਚ ਕਿੰਨੇ ਜੋੜਾਂਗੇ 30 ਜੋੜਾਂਗੇ ਤਾਂ ਇਸ ਲਈ ਤੀਜੀ ਆਪਸ਼ਨ ਸਹੀ ਆਏਗੀ ਇਹਦੇ ਲਈ ਥਿਊਰਮ ਕਿਹੜੀ ਵਰਤੀ ਗਈ ਹੈ ਵੀ ਅਰਧ ਚੱਕਰ ਵਿੱਚ ਬਣਿਆ ਕੋਣ ਸਮ ਕੋਣ ਹੁੰਦਾ ਤਾਂ ਏ ਸੀ ਵੀ ਅਰਧ ਚੱਕਰ ਵਿੱਚ ਬਣਿਆ ਕੋਣ ਹੈ ਅੱਧੇ ਚੱਕਰ ਦੇ ਵਿੱਚ ਤਾਂ ਇਹ ਸਮ ਕੋਣ ਹੈ ਮਤਲਬ 90 ਡਿਗਰੀ ਹੈ ਠੀਕ ਹੈ ਬੇਟਾ ਅਗਲਾ ਕਿਹੜਾ ਅੱਖਰ ਸਮ ਕੋਣ ਨੂੰ ਦਰਸਾਉਂਦਾ ਹੈ ਮਤਲਬ ਕਿਹੜੇ ਅੱਖਰ ਦੇ ਵਿੱਚ ਤੁਹਾਨੂੰ ਲੱਗਦਾ ਵੀ 90 ਡਿਗਰੀ ਦਾ ਕੋਣ ਬਣਿਆ ਹੋਇਆ ਹੈ ਕਿਹੜੇ 'ਚ ਬਣਿਆ ਬੇਟਾ ਈ ਦੇ ਵਿੱਚ ਈ ਦੇ ਵਿੱਚ ਬਣੇ ਹੋਏ ਹਨ ਨਾ ਐਵੇਂ ਦੇਖੋ ਸੁੱਤਾ ਮੈਂ ਇੱਧਰ ਬਣਾ ਰਿਹਾ ਇਹ 10° ਡਿਗਰੀ ਦਾ ਕੋਣ ਬਣਿਆ ਹੋਇਆ ਹੈ ਠੀਕ ਹੈ ਇੱਥੇ ਵੀ ਬਣਿਆ ਇੱਥੇ ਵੀ ਸਾਰੇ ਕਿਤੇ ਬਣਿਆ ਤਾਂ ਇਹ ਸਮਕੋਣ ਨੂੰ ਦਰਸਾਉਂਦਾ ਹੈ ਜਾਂ ਆਪਾਂ ਸਿੰਪਲੀ ਕਹਿ ਸਕਦੇ ਹਾਂ ਵੀ ਇਹਨੂੰ ਆਪਾਂ ਐਵੇਂ ਲਿਖਿਆ ਏ 90° ਦਰਸਾਉਂਦਾ ਠੀਕ ਹੈ ਅਗਲਾ ਜੇਕਰ ਤ੍ਰਿਭੁਜ ਸੰਭਵ ਹੈ ਤਾਂ ਸਹੀ ਦੇ ਟਿਕ ਕਰੋ ਕੀ ਹੁੰਦਾ ਵੀ ਜਦੋਂ ਤ੍ਰਿਭੁਜ ਸੰਭਵ ਹੁੰਦੀ ਹੈ ਕਿਸੇ ਵੀ ਦੋ ਭੁਜਾਵਾਂ ਦਾ ਜੋੜ ਤੀਜੀ ਭੁਜਾ ਤੋਂ ਵੱਡਾ ਹੁੰਦਾ ਹੈ ਮਤਲਬ ਪਹਿਲੀ অপਸ਼ਨ ਕਿਸੇ ਦੋ ਪਜਾਮਾਂ ਦਾ ਜੋੜ ਤੀਜੀ ਭੁਜਾ ਤੋਂ ਵੱਡਾ ਹੁੰਦਾ ਹੈ ਉਦੋਂ ਤ੍ਰਿਭੁਜ ਸੰਭਵ ਹੁੰਦੀ ਹੈ। ਅਗਲਾ। ਹੇਠ ਲਿਖਿਆਂ ਵਿੱਚੋਂ ਕਿਹੜੀ ਤ੍ਰਿਭੁਜ ਸੰਭਵ ਹੈ? ਤਿੰਨੇ ਕੋਣ 60 ਡਿਗਰੀ ਤੋਂ ਵੱਧ ਹੋਣ ਜੇ 60 ਡਿਗਰੀ ਤੋਂ ਵੱਧ ਗਏ ਤਾਂ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਤੋਂ ਵੱਜੂ ਜੋ ਕਿ ਸੰਭਵ ਨਹੀਂ ਹੈ। ਇਹ ਸੰਭਵ ਨਹੀਂ ਹੈ। ਦੋ ਸਮਕੋਣ ਹੋਣ ਦੋਏ ਕੋਣਾਂ ਦਾ ਜੋੜ 180 ਹੋ ਜੂ ਤੀਜਾ ਕੋਣ 0 ਡਿਗਰੀ ਨਹੀਂ ਹੋ ਸਕਦਾ। ਇਹ ਵੀ ਸੰਭਵ ਨਹੀਂ। ਤਿੰਨੇ ਕੋਣਾਂ ਦੇ ਕੋਣ ਇਹ ਵੀ ਸੰਭਵ ਨਹੀਂ ਕਿਉਂਕਿ ਦੇ ਕੋਣ 90 ਡਿਗਰੀ ਤੋਂ ਵੱਡਾ ਹੁੰਦਾ ਹੈ। ਟੋਟਲ ਕੋਣਾਂ ਦਾ ਜੋੜ ਆਪਾਂ ਨੂੰ 180 ਚਾਹੀਦਾ ਉਹ ਵੀ ਨਹੀਂ ਹੈ ਜੇ ਤਿੰਨੇ ਕੋਣ 60 ਡਿਗਰੀ ਦੇ ਬਰਾਬਰ ਹੋਣਗੇ ਤਾਂ ਜੋੜ 180 ਹੋ ਜਾਊਗਾ ਤਿੰਨੇ ਕੋਣਾਂ ਦਾ ਤਾਂ ਇਹ ਤਿੰਨੇ ਕੋਣ 60 ਡਿਗਰੀ ਦੇ ਬਰਾਬਰ ਹੋਣ ਤਾਂ ਤਰਪੂ ਸੰਭਵ ਹੋਏਗੀ ਅਗਲਾ ਦਿੱਤੇ ਹੋਏ ਚਿਮਟੇ ਦੇ ਚਿੱਤਰ ਨੂੰ ਵੇਖੋ ਇਹ ਚਿਮਟਾ ਕਿਸ ਤਰ੍ਹਾਂ ਦਾ ਕੋਣ ਬਣਾ ਰਿਹਾ ਹੈ ਦੇਖੋ ਭਈ ਕਿਸ ਤਰ੍ਹਾਂ ਦਾ ਕੋਣ ਬਣ ਰਿਹਾ ਵੀ 90 ਡਿਗਰੀ ਤੋਂ ਘੱਟ ਆ ਨਾ 90 ਡਿਗਰੀ ਤੋਂ ਘੱਟ ਵਾਲਾ ਕੋਣ ਕਿਹੜਾ ਹੁੰਦਾ न्यून न्यूनकोन तो ये किसन सही आएगी आएगी भी तीजी ऑप्शन न्यून न्यूनकोन अगला हेठा देते फर्श में किस तरह की टाइल वरती गई है किस तरह की टाइल वरती गई है भी देखो कि ए बी सी और डी कि वरती गई है बेटा डी तरह की टाइल है जी वरती गई देखो सौख ही सीता अगला ਸਿਰਫ ਰੇਖਾ ਖੰਡਾ ਨਾਲ ਬਣੀ ਸਧਾਰਨ ਬੰਦ ਬਕਰ ਨੂੰ ਕੀ ਕਹਿੰਦੇ ਨੇ ਜਿਹੜੀ ਰੇਖਾ ਖੰਡਾ ਨਾਲ ਬਣਦੀ ਹੈ ਕੀ ਕਹਿੰਦੇ ਨੇ ਬਟਾ ਬਹੁਪੁਜ ਕਹਿੰਦੇ ਨੇ ਜਿਹੜੀ ਸਧਾਰਨ ਬੰਦ ਬਕਰ ਹੁੰਦੀ ਹੈ ਤੇ ਰੇਖਾ ਖੰਡਾ ਨਾਲ ਬਣੀ ਹੁੰਦੀ ਹੈ ਜਿਹਦੇ ਵਿੱਚ ਤਿੰਨ ਰੇਖਾ ਖੰਡਾ ਨਾਲ ਬਣੀ ਹੁੰਦੀ ਹੈ ਜਿਹੜੀ ਉਹ ਤ੍ਰਿਪੁਜ ਹੁੰਦੀ ਹੈ ਚਾਰ ਨਾਲ ਬਣੀ ਉਹ ਚਤਰਪੁਜ ਐਵੇਂ ਅੱਗੇ 5 ਪੁਜ ਐਵੇਂ ਅੱਗੇ ਅੱਗੇ ਜਾਈ ਜਾਊਗੀ ਅੱਗੇ ਕਿਸੇ ਤ੍ਰਿਪੁਜ ਦੇ ਵਿੱਚ ਭਜਾਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਸ਼ਾਬਾਸ਼ ਬੇਟਾ ਸਭ ਨੂੰ ਪਤਾ ਹੋਇਆ ਤਾਂ ਤਿੰਨ ਕਿਸੇ ਚਤ੍ਰਪੁਜੀ ਭਜਾਵਾਂ ਦੇ ਸ਼ਿਖਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਭਜਾਵਾਂ ਦੀ ਗਿਣਤੀ ਵੀ ਚਾਰ ਤੇ ਸ਼ਿਖਰਾਂ ਦੀ ਗਿਣਤੀ ਵੀ ਚਾਰ ਅਗਲਾ ਕਿਸੇ ਬੋਪੋਜ ਦੇ ਕੋਈ ਦੋ ਸੰਮੁਖ ਸ਼ਿਖਰਾਂ ਨੂੰ ਜੋੜਨ ਤੇ ਦੋ ਸੰਮੁਖ ਮਤਲਬ ਆਹੋਂ ਸਾਹਮਣੇ ਦੇ ਸ਼ਿਖਰਾਂ ਨੂੰ ਜੋੜਦੇ ਸਾਨੂੰ ਕੀ ਪ੍ਰਾਪਤ ਹੁੰਦਾ ਹੈ ਵਿਕਰਨ ਵਿਕਰ ਬੇਟਾ ਵਿਕਰਨ ਹੁੰਦਾ ਨਾ ਆ ਦੇਖੋ ਇਧਰਲੇ ਪਾਸੇ ਮੈਂ ਬਣਾ ਰਿਹਾ ਇਹ ਮੰਨ ਲਓ ਮੈਂ ਚਤ੍ਰਪੁਜੀ ਬਣਾਤੀ ਆਹ ਸਾਹਮਣੇ ਦੇ ਆਹੋਂ ਸਾਹਮਣੇ ਦੇ ਨੇ ਸ਼ਿਖਰ ਇਹਨਾਂ ਨੂੰ ਜੋੜ ਕੇ ਕੀ ਪ੍ਰਾਪਤ ਹੁੰਦਾ ਹੈ ਵਿਕਰਨ ਪ੍ਰਾਪਤ ਹੁੰਦਾ ਹੈ ਹਗਲਾ ਜਿਹੜੇ ਬੋਪੋਏ ਦੇ ਵਿਕੇਰਨਾਂ ਦਾ ਕੋਈ ਵੀ ਭਾਗ ਬਾਹਰੀ ਹਿੱਸੇ ਵਿੱਚ ਨਹੀਂ ਆਉਂਦਾ ਤਾਂ ਉਸ ਬੋਪੋਜ ਨੂੰ ਕੀ ਆਖਦੇ ਹਨ ਬੋਪੋਏ ਦੇ ਵਿਕੇਰਨਾਂ ਦਾ ਕੋਈ ਵੀ ਭਾਗ ਬਾਹਰੀ ਹਿੱਸੇ ਵਿੱਚ ਨਹੀਂ ਆਉਂਦਾ ਤਾਂ ਉਸ ਨੂੰ ਕੀ ਆਖਦੇ ਨੇ ਵੀ ਵਿਕੇਰਨਾਂ ਦਾ ਨਹੀਂ ਸੋਰੀ ਵੈਸੇ ਹੀ ਹੈ ਇਹ ਸਾਈਡ ਆਉਂਦੀ ਹੈ ਸਾਈਡ ਬਾਹਲੇ ਪਾਸੇ ਆਉਂਦੀ ਠੀਕ ਹੈ ਵਿਕੇਰਨ ਨਹੀਂ ਹੈ ਇਹ ਕੋ ਕਿਹਦੀ ਹੁੰਦੀ ਆ ਆਪਤਲ ਪਾਪੁਚ ਅਗਲਾ ਤ੍ਰਿਪੋਇ ਦੇ ਕਿੰਨੇ ਕੋਣ ਹੁੰਦੇ ਨੇ ਬੇਟਾ ਤਿੰਨ ਕੋਣ ਤ੍ਰਿਪੋਇ ਦੇ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ਅਗਲਾ ਕੁਐਸਚਨ 180 ਡਿਗਰੀ ਅਗਲਾ ਚਤੁਰਪੋਇ ਦੇ ਚਾਰੇ ਕੋਣਾਂ ਦਾ ਜੋੜ 360 ਡਿਗਰੀ ਚਤੁਰਪੋਜ ਇੱਕੋ ਇੱਕ ਬਹੁਪੋਜ ਹੈ ਜਿਸ ਦੇ ਬਾਹਰੀ ਤੇ ਅੰਦਰੂਨੀ ਕੋਣਾਂ ਦਾ ਜੋੜ 360 ਡਿਗਰੀ ਹੁੰਦਾ ਹੈ ਬਹੁਭੁਜ ਕੋਈ ਵੀ ਹੋਵੇ ਕਿਸੇ ਵੀ ਬਹੁਭੁਜ ਲਈ ਬਾਰੀ ਕੋਣਾਂ ਦਾ ਜੋੜ 360 ਹੁੰਦਾ ਹੈ ਜਿਹੜੇ ਆਪਾਂ ਇਹ ਚਾਰ ਕੋਣਾਂ ਦੀ ਗੱਲ ਕਰ ਰਹੇ ਹਾਂ ਆਪਾਂ ਅੰਦਰੂਨੀ ਕੋਣਾਂ ਦੀ ਗੱਲ ਕਰ ਰਹੇ ਹਾਂ ਠੀਕ ਹੈ ਬੇਟਾ ਜੇਕਰ ਕਿਸੇ ਬਹੁਭੁਜ ਦੀਆਂ n ਭੁਜਾਵਾਂ ਹੋਣ ਤਾਂ ਉਸ ਦੇ ਕੋਣਾਂ ਦਾ ਜੋੜ ਫੋਲ ਕਿੰਨਾ ਹੋਏਗਾ n 2 180 ਡਿਗਰੀ n ਭੁਜਾਵਾਂ ਹੁਣ ਜੇ ਆਪਾਂ ਤ੍ਰਿਭੁਜ ਲਈ ਲੈ ਲਈਏ ਤਾਂ ਆਪਾਂ ਇੱਥੇ ਤਿੰਨ ਭਰ ਦਾਂਗੇ 3 2 180 3 2 1 1 ਨੂੰ 180 ਨਾਲ ਕਰ ਦਾਂਗੇ 180 ਡਿਗਰੀ ਠੀਕ ਹੈ ਬੇਟਾ ਅਗਲਾ ਕਿਸੇ ਵੀ ਬਹੁਪੋਏ ਦੇ ਬਾਰੀ ਕੋਣਾਂ ਦੇ ਮਾਪਾਂ ਦਾ ਜੋੜ ਕਿੰਨਾ ਹੁੰਦਾ ਮੈਂ ਹੁਣੇ ਹੀ ਦੱਸ ਕੇ ਟਿਆਂ 360 ਡਿਗਰੀ ਅਗਲਾ ਕੁਐਸਚਨ ਜੇਕਰ ਕਿਸੇ ਸੰਬਹੁਪੋਏ ਦੇ ਹਰੇਕ ਬਾਰੀ ਕੋਣ ਦਾ ਮਾਪ x ਡਿਗਰੀ ਹੈ ਤਾਂ ਉਸ ਦੀਆਂ ਭਜਾਵਾਂ ਦੀ ਸੰਖਿਆ ਕਿੰਨੀ ਹੋਵੇਗੀ 360 ਡਿਗਰੀ ਭਾਗ x ਬਾਰੀ ਕੋਣ ਦਾ ਮਾਪ ਬਰਾਬਰ 360 ਡਿਗਰੀ ਭਾਗ x ਹੋਏਗੀ ਠੀਕ ਹੈ ਐਵੇਂ ਹੀ ਜੇ ਆਪਾਂ ਨੂੰ ਕਹਦੇ ਨੇ ਵੀ ਬਾਹਰੀ ਕੋਣ ਦਾ ਮਾਪ ਕਿੰਨਾ ਹੋਏਗਾ ਜੇ ਭਜਾਵਾਂ ਦੀ ਸੰਖਿਆ ਆਪਾਂ ਦਿੱਤੀ ਹੋਵੇ ਤਾਂ ਆਪਾਂ ਕੀ ਕਰਾਂਗੇ 360 ਭਜਾਵਾਂ ਦੀ ਸੰਖਿਆ ਕਰਾਂਗੇ ਅਗਲਾ ਇੱਕ ਸੰਬਹੁਪੋ ਦੀਆਂ ਭਜਾਵਾਂ ਦੀ ਗਿਣਤੀ ਕਿੰਨੀ ਹੋਵੇਗੀ ਜੇਕਰ ਬਾਹਰੀ ਕੋਣ ਦਾ ਮਾਪ 45 ਡਿਗਰੀ ਹੋਵੇ ਉਹੀ ਆ ਗਿਆ ਨਾ ਭਜਾਵਾਂ ਦੀ ਗਿਣਤੀ ਪਤਾ ਕਰਨੀ ਬਾਹਰੀ ਕੋਣ ਦਾ ਮਾਪ ਆਪਾਂ ਨੂੰ ਦਿੱਤਾ ਹੋਇਆ ਤਾਂ ਕਿੰਨਾ ਆ ਜਾਏਗਾ ਵੀ 360 ਬਾਹਰੀ ਕੋਣ ਦਾ ਮਾਪ ਬਾਹਰੀ ਕੋਣ ਦਾ ਮਾਪ ਕਿੰਨਾ ਹੈ 45 ਪਾ ਕਰਕੇ ਕਿੰਨਾ ਆ ਜਾਏਗਾ 8 ਆ ਜਾਏਗਾ ਠੀਕ ਹੈ ਤਾਂ ਇਸ ਲਈ ਭੁਜਾਵਾਂ ਦੀ ਗਿਣਤੀ ਕਿੰਨੀ ਹੋਏਗੀ 8 ਹੋਏਗੀ ਹੁਗਲਾ ਇੱਕ ਸੰਭਾਵ ਕੋਣ ਦੀਆਂ ਭੁਜਾਵਾਂ ਦੀ ਸੰਖਿਆ ਪਤਾ ਕਰੋ ਜਿਸ ਦੇ ਹਰੇਕ ਬਾਰੀ ਕੋਣ ਦਾ ਮਾਪ 60 ਡਿਗਰੀ ਹੈ ਭੁਜਾਵਾਂ ਦੀ ਸੰਖਿਆ ਪਤਾ ਕਰਨੀ ਹੈ ਇੱਥੇ ਵੀ ਤਾਂ 360 60 ਕਿੰਨਾ ਆ ਜਾਏਗਾ ਵੀ ਕੱਟ ਕੇ ਜ਼ੀਰੋ ਨਾਲ ਜ਼ੀਰੋ ਕੱਟ ਦੋ 6 ਆ ਜਾਏਗਾ ਭੁਜਾਵਾਂ ਦੀ ਸੰਖਿਆ ਕਿੰਨੀ ਹੈ छे है अगला केड़ा खतन, कथन कथन हेठ लिखा बचों केड़ा कथन सही है सारे आयत वर्ग होंगे सारे सम चतुर्भुज समांतर चतुरभुज हों सारे वर्ग समांतर चतुर्भुज नहीं होंगे सारिया पतंगा सम चतुरभुज हों के सही है बेटा ये दूजा सही है सारे सम चतुर्भुज समांतर चतुर्भुज होंगे ने ਸਮਾਂਤਰ ਚਤੁਰਭੁਜ ਦੇ ਵਿੱਚ ਆਮੋ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ। ਸਮ ਚਤੁਰਭੁਜ ਦੇ ਵਿੱਚ ਸਾਰੀਆਂ ਹੀ ਹੁੰਦੀਆਂ ਤਾਂ ਆਮੋ ਸਾਹਮਣੇ ਦੇ ਵੀ ਹੋ ਜਾਣਗੀਆਂ। ਇਸ ਲਈ ਸਾਰੇ ਸਮ ਚਤੁਰਭੁਜ ਸਮਾਂਤਰ ਚਤੁਰਭੁਜ ਹੁੰਦੇ ਹਨ। ਅਗਲਾ R E N T ਇੱਕ ਆਇਤ ਹੈ ਇਸ ਦੇ ਵਿਕਰਨ ਇੱਕ ਦੂਜੇ ਨੂੰ ਬਿੰਦੂ O ਤੇ ਕੱਟਦੇ ਹਨ। X ਦਾ ਮੁੱਲ ਪਤਾ ਕਰੋ OR 2X 4 ਹੈ ਤੇ OT 3X 1 ਆਇਤ ਦੇ ਵਿਕਰਨ ਜਿਹੜੇ ਆਪਸ ਵਿੱਚ ਬਰਾਬਰ ਹੁੰਦੇ ਨੇ ਇਹ ਦੋਗੇਨ ਬਰਾਬਰ ਵੀ ਹੁੰਦੇ ਨੇ ਤੇ ਇੱਕ ਦੂਜੇ ਨੂੰ ਸਮਤ ਪਾਇਤ ਵੀ ਕਰਦੇ ਨੇ ਤਾਂ ਆਪਾਂ ਇੱਥੇ ਸਿੱਧਾ ਲਿਖ ਸਕਦੇ ਹਾਂ OR OT ਮੈਂ ਤੁਹਾਨੂੰ ਹੱਲ ਕਰਕੇ ਦਿਖਾਉਣਾ ਕਿਵੇਂ ਲਿਖਾਂਗੇ ਆਪਾਂ 2x 4 3x 1 ਸਮੀਕਰਨ ਹੈ ਸਿੰਪਲ ਹੱਲ ਕਰ ਲਾਂਗੇ 2x ਇੱਧਰ ਆ ਜਾਏਗਾ 3x ਵਾਲੇ ਪਾਸੇ x ਰਹਿ ਜਾਊਗਾ 4 ਉਧਰ 1 ਉਧਰਲੇ ਪਾਸੇ ਵਗ ਜੂਗਾ 3 ਰਹਿ ਜੂਗਾ ਤਾਂ x ਦਾ ਮੁੱਲ ਕਿੰਨਾ ਆ ਜਾਏਗਾ 3 ਆ ਜਾਏਗਾ ਇਹਨੂੰ ਹੱਲ ਕਰਕੇ ਠੀਕ ਹੈ ਬੇਟਾ ਅਗਲਾ ਕੁਐਸਚਨ ਇੱਕ ਸੰਪੂਰਨ ਦੇ ਹਰੇਕ ਬਾਹਰੀ ਕੋਣ ਦਾ ਮਾਪ ਦੱਸੋ ਜਿਸ ਦੀਆਂ ਭੁਜਾਵਾਂ 9 ਹੋਣ ਕਿਵੇਂ ਕੱਢਾਂਗੇ ਬਾਹਰੀ ਕੋਣ ਦਾ ਮਾਪ ਬਰਾਬਰ 360 ਭੁਜਾਵਾਂ ਦੀ ਸੰਖਿਆ 9 ਆ ਗਿਆ 9 ਚੋ 36 40 ਆ ਜਾਏਗਾ ਬਾਹਰੀ ਕੋਣ ਦਾ ਮਾਪ ਠੀਕ ਹੈ ਬੇਟਾ ਕਿਸੇ ਸੰਬਹੁਭੁਜ ਦੇ ਵਿੱਚੋਂ ਕਟੋ-ਕਟ ਕਿੰਨੇ ਮੁੱਲ ਦਾ ਅੰਦਰਲਾ ਕੋਣ ਸੰਭਵ ਹੈ ਕਿੰਨੇ ਮੁੱਲ ਦਾ ਅੰਦਰਲਾ ਕੋਣ ਸੰਭਵ ਹੈ ਵੀ ਕਿਸੇ ਸੰਬਹੁਭੁਜ ਦੀ ਗੱਲ ਕਰ ਰਹੇ ਆ ਬਹੁਭੁਜ ਨਹੀਂ ਸੰਬਹੁਭੁਜ ਤਾਂ ਕਿੰਨੇ ਮੁੱਲ ਦਾ ਅੰਦਰਲਾ ਕੋਣ ਸੰਭਵ ਹੈ 60 ਡਿਗਰੀ ਦਾ ਕਿਦੇ ਵਿੱਚ ਹੁੰਦਾ ਹੈ ਸੰਮਭੁਜੀ ਤਿਰਪੁਜੀ ਦੇ ਵਿੱਚ ਠੀਕ ਹੈ ਬੇਟਾ ਕਿਸੇ ਸੰਬਹੁਭੁਜ ਵਿੱਚ ਜਿਆਦਾ ਤੋਂ ਜਿਆਦਾ ਕਿੰਨੇ ਮੁੱਲ ਦਾ ਬਾਰੀ ਕੋਣ ਸੰਭਵ ਹੈ 100 B ਡਿਗਰੀ ਦਾ ਇਹ ਵੀ ਕਿਤੇ ਜ ਹੁੰਦਾ ਹੈ ਕੀ ਹੁੰਦਾ ਵੀ ਇਹ ਇਹ ਵੀ ਸੰਪੂਜੀ ਚਤੁਰਪੁਜ ਦੇ ਵਿੱਚ ਹੀ ਹੁੰਦਾ ਹੈ ਅੱਗੇ ਸਮਾਂਤਰ ਚਤੁਰਪੁਜ ABCD ਵਿੱਚ ਕੋਣ A ਦਾ ਮਾਪ 70 ਡਿਗਰੀ ਹੈ ਕੋਣ B ਦਾ ਮਾਪ ਕੀ ਹੋਏਗਾ ਕੋਣ A ਦਾ ਮਾਪ ਆਪਾਂ ਨੂੰ 70 ਡਿਗਰੀ ਦਿੱਤਾ ਹੈ b ਦਾ ਮਾਪ ਤੁਸੀਂ ਦੱਸਣਾ ਜਿਵੇਂ ਮੈਂ ਇੱਥੇ ਬਣਾਇਆ ਇੱਥੇ a ਹੋ ਗਿਆ ਇੱਥੇ b ਹੋ ਗਿਆ a ਆਪਾਂ ਨੂੰ 70 ਦਿੱਤਾ ਹੈ b ਆਪਾਂ ਦੱਸਣਾ ਇਹਨਾਂ ਦੋਹਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਅੰਦਰਲੇ ਕੋਣ ਨੇ ਅੰਦਰਲੇ ਕੋਣਾਂ ਦਾ ਜੋੜ ਇੱਕ ਪਾਸੇ ਦੇ ਅੰਦਰਲੇ ਕੋਣਾਂ ਦਾ ਜੋੜ 180 ਹੁੰਦਾ ਜੇ ਇਹ 70 ਡਿਗਰੀ ਹੈ ਤਾਂ b ਕਿੰਨਾ ਵੀ 100 ਡਿਗਰੀ ਇਹ ਅਗਲਾ ਜਿਸ ਚਤਰਪੁਜ ਦੀਆਂ ਚਾਰੇ ਭੁਜਾਵਾਂ ਬਰਾਬਰ ਹੋਣ ਉਸ ਨੂੰ ਕੀ ਬੋਲਦੇ ਆਪਾਂ ਸਮ ਚਤਰਪੁਜ ਸਮਾਂਤਰ ਚਤਰਪੁਜ ਦੇ ਵਿੱਚ ਆਮੋ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ ਜੇ ਕਿਸੇ ਆਇਤ ਦੀਆਂ ਲਾਗਮੀਆਂ ਭੁਜਾਵਾਂ ਬਰਾਬਰ ਹੋ ਜਾਣ ਤਾਂ ਉਸ ਨੂੰ ਆਪਾਂ ਕੀ ਕਾਵਾਂਗੇ ਬੇਟਾ ਉਹ ਕੀ ਬਣ ਜਾਏਗਾ ਵਰਗ ਬਣ ਜਾਏਗਾ ਕਿਸ ਚਤਰਪੁਜ ਦੇ ਵਿਕਰਨ ਬਰਾਬਰ ਅਤੇ ਲੰਬ ਸਮਦ ਭਾਜਕ ਹੁੰਦੇ ਨੇ ਜਿਹੜਾ ਚਤਰਪੁਜ ਜ ਜਿਹਦੇ ਵਿਕਰਨ ਵੀ ਬਰਾਬਰ ਹੋਣ ਤੇ ਲੰਬ ਸਮਦ ਭਾਜਕ ਵੀ ਹੋਣ ਠੀਕ ਹੈ ਸਮਚਤਰਭੁਜ ਵਿੱਚ ਲੰਬ ਸਮੰਦ ਭਾਜਕ ਹੁੰਦੇ ਆ ਪਰ ਬਰਾਬਰ ਨਹੀਂ ਹੁੰਦੇ ਆਇਤ ਦੇ ਵਿੱਚ ਬਰਾਬਰ ਹੁੰਦੇ ਆ ਪਰ ਲੰਬ ਸਮੰਦ ਭਾਜਕ ਨਹੀਂ ਹੁੰਦੇ ਸੰਭ ਲੰਬ ਦੇ ਵਿੱਚ ਦੋਨੋਂ ਕੁਝ ਨਹੀਂ ਹੁੰਦਾ ਤਾਂ ਇਹ ਹੀ ਕਿਹੜੀ ਹੈ ਵੀ ਵਰਗ ਹੈ ਜਿਹਦੇ ਵਿੱਚ ਬਗੈਨ ਬਰਾਬਰ ਵੀ ਹੁੰਦੇ ਆ ਤੇ ਲੰਬ ਸਮੰਦ ਭਾਜਕ ਵੀ ਹੁੰਦੇ ਨੇ ਅਗਲਾ ਕੁਐਸਚਨ ਵੀ ਸੇਮ ਹੀ ਆ ਕਿਸ ਚਤਰਭੁਜ ਦੇ ਬਗੈਨ ਬਰਾਬਰ ਤੇ ਸਮੰਦ ਭਾਜਕ ਹਨ ਉਹ ਕੀ ਹੈ ਕੀ ਹੈ ਵੀ ਉਹ ਵਰਗ ਹੈ ਠੀਕ ਹੈ ਏਸੀ ਆਪਣਾ ਚਤੁਰ ਪਜਾਮਾ ਨੂੰ ਸਮਝਣਾ ਚੈਪਟਰ ਮੈਨੂੰ ਉਮੀਦ ਆ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਧੰਨਵਾਦ